गुरद्वारा पैनी साहब विखे 26 दिसंबर नूं माता गुजरी ते श्री गुरु गोबिंद सिंह जी दे छोटे साहबजादियां बाबा जोरावर सिंह ते बाबा फतेह सिंह जी दी शहादत नूं समर्पित शहीदी जोड़ मेला मनाया गया। ए जोड़ मेला सतगुरु उदय सिंह जी दी रहनुमाई विच होया। इस मौके दीवान सजाए गए। साहबजादियां दी याद विच सारा दिन नाम सिमरन होया। रागी सजना ने कीर्तन कीता। समूह साध संगत ने इस कीर्तन का आनंद माणिया। ये मेला सूबा भुपिंदर सिंह जी रोपड़ वालियां वल्लों ते समूह साध संगत वल्लों करवाया गया। आप तुझे को बताओ
लिखते हैं बच्चे का जिम्मे ध्यान होंगे ते गुरमुखों सतगुरा आख्या जो इम्तिहान दे दिन ने ते गुरु गोबिंद सिंह महाराज ओ सतगुरु जिन्हें इस पंथ नू तलवार की धार चो ही गुरमुखों पैदा किया सी मौत विचों ही चिंता की जिंदगी शुरू होई होवे ओ सिख सतगुरां दे नाल ने दुनिया जिहड़ी आ मौत तो भजदी आ डरदी आ कंबदी आ पर लोग मर फिर जाते भजद डरद तंबद लुकद मर फिर जाते कि कोई भज लूगा मौत तो आखिर ते मरना ही है ना ते मर के मरते नहीं सगो जीता हो जाते ने कहते शहीद की जो मौत है वो कौम की हयात है हयात तो हयात है वो मौत भी हयात है हयात मैंने जिंदगी शहीदां दी जिहड़ी मौत आ ओह कौमां दी जिंदगी हुंदी है मौत ते मौत हुंदी पर शहीदां दी मौत भी गुरमुखो जिंदगी हुंदी है अज तक ओह गुरु दे लाल प्यारे जींदे ने Yeah.
ਸਾਡੀ ਟੀਮ ਨੇ ਹਜ਼ੂਰੀ ਰਾਗੀ ਬਲਵੰਤ ਸਿੰਘ ਜੀ ਨਾਲ ਗੱਲਬਾਤ ਕੀਤੀ। ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਬਲਵੰਤ ਸਿੰਘ, ਹਜ਼ੂਰੀ ਰਾਗੀ ਸ੍ਰੀ ਭੈਣੀ ਸਾਹਿਬ, ਨਾਮਧਾਰੀ ਦਰਬਾਰ। ਮੇਰੇ ਖੱਬੇ ਹੱਥ ਸੂਬਾ ਭੁਪਿੰਦਰ ਸਿੰਘ ਜੀ ਰੋਪੜ ਤੋਂ, ਸੰਜਕਤਾਰ ਸਿੰਘ ਜੀ, ਸੰਤੇਜਾ ਸਿੰਘ ਜੀ ਲੁਧਿਆਣੇ ਤੋਂ। ਅੱਜ ਸਾਰੀ ਸਾਧ ਸੰਗਤ ਇੱਥੇ ਇਕੱਠਾ ਹੋਈ ਸ੍ਰੀ ਭੈਣੀ ਸਾਹਿਬ ਵਿਖੇ, ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਉਹਨਾਂ ਦੀ ਸ਼ਹੀਦੀ ਦਾ ਜੋ ਮੇਲਾ ਹੈ ਉਹ ਮਨਾਇਆ ਗਿਆ ਹੈ। ਬਹੁਤ ਹੀ ਵਧੀਆ, ਬਹੁਤ ਹੀ ਉੱਚੇ ਪੱਧਰ 'ਤੇ ਸਾਰੀ ਸਾਧ ਸੰਗਤ ਨੇ ਇਕੱਠੇ ਹੋ ਕੇ ਨਾਮ ਸਿਮਰਨ ਕੀਤਾ, ਔਰ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਇਹ ਮੇਲਾ ਹੋਇਆ ਹੈ। ਸਾਰੀ ਸਾਧ ਸੰਗਤ ਦੂਰ ਦੂਰੋਂ ਇਕੱਠੇ ਹੋ ਕੇ ਨਾਮ ਸਿਮਰਨ ਕੀਤਾ, ਦੀਵਾਨ ਲੱਗੇ, ਉਸ ਤੋਂ ਬਾਅਦ ਨਾਮ ਸਿਮਰਨ ਹੋਇਆ ਉਹਨਾਂ ਦੀ ਯਾਦ ਵਿੱਚ, ਔਰ ਉਸ ਤੋਂ ਉਪਰੰਤ ਅਸੀਂ ਸਭ ਰਾਗੀ ਸੱਜਣਾਂ ਨੇ, ਜੋ ਭੈਣੀ ਸਾਹਿਬ ਦੇ ਹਜ਼ੂਰੀ ਰਾਗੀ ਹਨ, ਸਭ ਨੇ ਕੀਰਤਨ ਕੀਤਾ। ਔਰ ਇਹ ਮੇਲਾ ਰੋਪੜ ਦੀ ਸੰਗਤ ਵੱਲੋਂ, ਸੂਬਾ ਜੀ ਵੱਲੋਂ, ਅਤੇ ਉੱਥੋਂ ਦੀ ਸੰਗਤ ਵੱਲੋਂ, ਸਾਰਿਆਂ ਵੱਲੋਂ, ਸੂਬਾ ਭੁਪਿੰਦਰ ਸਿੰਘ ਜੀ ਰੋਪੜ ਵਾਲਿਆਂ ਵੱਲੋਂ ਔਰ ਸਾਰੀ ਸੰਗਤ ਵੱਲੋਂ ਕਰਵਾਇਆ ਗਿਆ ਹੈ। ਬਹੁਤ ਹੀ ਚੰਗਾ ਉੱਦਮ ਹੈ। ਸਾਰਾ ਦਿਨ ਨਾਮ ਸਿਮਰਨ ਵਿੱਚ ਗੁਜ਼ਰਿਆ, ਸ਼ਹੀਦਾਂ ਦੀ ਯਾਦ ਵਿੱਚ ਗੁਜ਼ਰਿਆ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਸ਼ਹੀਦੀਆਂ ਤੋਂ ਅਸੀਂ ਸਬਕ ਲਈਏ, ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੀ ਮਾਰਗ ਹੈ ਉਸ 'ਤੇ ਚੱਲ ਸਕੀਏ। ਔਰ ਨਾਲ ਹੀ ਸੂਬਾ ਜੀ ਵੱਲੋਂ, ਸਾਰੀ ਸੰਗਤ ਵੱਲੋਂ, ਭੈਣੀ ਸਾਹਿਬ ਦੀ ਸੰਗਤ ਵੱਲੋਂ, ਜੋ ਬਾਹਰੋਂ ਦੂਰੋਂ ਦੂਰੋਂ ਸੰਗਤਾਂ ਇਸ ਮੇਲੇ 'ਤੇ ਚੱਲ ਕੇ ਆਈਆਂ ਹਨ, ਸਾਰਿਆਂ ਦਾ ਹੀ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਨਿਆਂ ਹੀ ਕਹਿੰਦਿਆਂ ਹੋਇਆ ਮੈਂ ਆਪ ਸਭ ਤੋਂ ਅੱਗੇ ਲੈਂਦਾ ਹਾਂ। ਸਤਿ ਸ਼੍ਰੀ ਅਕਾਲ।